ਸੂਬਾ ਸਰਕਾਰ ਵੱਲੋਂ ਚੋਣਾਂ ਦੌਰਾਨ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਕਿ ਸੂਬੇ ਵਿੱਚ ਬੇਰੋਜ਼ਗਾਰੀ ਖਤਮ ਕੀਤੀ ਜਾਵੇਗੀ, ਨਸ਼ਿਆਂ ਨੂੰ ਠੱਲ ਪਾਈ ਜਾਵੇਗੀ ਅਤੇ ਹਰ ਆਦਮੀ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕਰ ਸਕੇਗਾ। ਉਸਦੇ ਲਈ ਮਾਈਨਿੰਗ ਮਾਫੀਆ ਨੂੰ ਠੱਲ ਪੈ ਜਾਣ ਤੇ ਆਮ ਜਨਤਾ ਨੂੰ ਸਸਤੇ ਰੇਟਾਂ ਤੇ ਰੇਤ ਬਜਰੀ ਦਿੱਤੀ ਜਾਵੇਗੀ। ਜਿਸ ਦੇ ਚਲਦੇ ਸੂਬਾ ਸਰਕਾਰ ਨੇ ਮਾਈਨਿੰਗ ਮਾਫੀਆ ਨੂੰ ਠੱਲ ਤਾਂ ਪਾ ਦਿੱਤੀ ਪਰ ਲੋਕਾਂ ਨੂੰ ਸਸਤੀ ਰੇਤ ਬਜਰੀ ਦੇਣਾ ਭੁੱਲ ਗਏ। ਜਿਸ ਦੇ ਚਲਦੇ ਇਹਨਾਂ ਦਿਨੀ ਰੇਤ ਬਜਰੀ ਦੇ ਰੇਟ ਅਸਮਾਨੀ ਚੜੇ ਹੋਏ ਹਨ, ਜਿਸ ਵਜ੍ਹਾ ਕਰਕੇ ਆਮ ਆਦਮੀ ਦਾ ਘਰ ਬਣਾਉਣ ਦਾ ਸੁਪਨਾ ਬਣ ਕੇ ਹੀ ਰਹਿ ਗਿਆ ਹੈ। ਚੋਣਾਂ ਤੋਂ ਪਹਿਲਾਂ ਜਿਹੜੀ ਰੇਤ ਦੀ ਟਰਾਲੀ 1500 ਤੋਂ 2000 ਦੇ ਵਿੱਚ ਮਿਲਦੀ ਸੀ, ਅੱਜ ਉਸ ਦਾ ਮੁੱਲ 5500 ਰੁਪਏ ਹੋ ਚੁੱਕਿਆ ਹੈ, ਜਿਸ ਕਰਕੇ ਲੋਕਾਂ ਨੇ ਸੂਬਾ ਸਰਕਾਰ ਅੱਗੇ ਇਹਨਾਂ ਰੇਟਾਂ ਨੂੰ ਘੱਟ ਕਰਨ ਦੀ ਮੰਗ ਕੀਤੀ ਹੈ। ਮਾਈਨਿੰਗ ਪਾਲਿਸੀ ਦੀ ਉਡੀਕ ਕਰ ਰਹੇ ਲੋਕਾਂ ਨਾਲ ਜਦ ਨਿਊਜ਼ ਨੰਬਰ ਦੀ ਟੀਮ ਨੇ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਦਾਅਵੇ ਤਾਂ ਬਹੁਤ ਵੱਡੇ ਵੱਡੇ ਕੀਤੇ ਸੀ ਪਰ ਉਹ ਉਸ ਤੋਂ ਉਲਟ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਰੇਤ ਬਜਰੀ ਦੇ ਵਧੇ ਹੋਏ ਰੇਟਾਂ ਕਰਕੇ ਆਮ ਜਨਤਾ ਘਰ ਬਣਾਉਣ ਨੂੰ ਤਰਸ ਰਹੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਾਸੇ ਧਿਆਨ ਦੇਵੇ ਅਤੇ ਇਹਨਾਂ ਵਧੇ ਹੋਏ ਰੇਟਾਂ ਨੂੰ ਠੱਲ ਪਾਵੇ। ਬਜਰੀ ਦਾ ਜਿਹੜਾ ਰੇਟ ਅਸਮਾਨ ਨੂੰ ਛੂ ਰਿਹਾ ਆ, ਉਹਦੇ ਬਾਰੇ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ। ਦਾਅਵੇ ਤਾਂ ਸਰਕਾਰ ਨੇ ਕੀਤੇ ਸੀ ਕਿ 1300 ਚ ਟਰਾਲੀ ਆ ਜਾਏਗੀ, 2000 ਚ ਟਰਾਲੀ ਆ ਜਾਏਗੀ। ਟਰਾਲੀ ਅੱਜ ਦੂਣੇ ਤੋਂ ਵੱਧ ਚੱਲ ਗਈ ਆ, ਪਹਿਲੇ 3-4 ਹਜ਼ਾਰ ਦੀ ਸੀ, ਹੁਣ 6 ਹਜ਼ਾਰ ਨੂੰ ਪੁੱਜ ਰਹੀ ਹੈ। ਆਮ ਬੰਦਾ ਤਾਂ ਜੀ ਹੁਣ ਘਰ ਨਾ ਬਣਾਏਗਾ, ਕਿਰਾਏ ਤੇ ਹੀ ਰਹਿ ਲੇ। 30 ਹਜ਼ਾਰ ਦਾ ਸੀਮਟ ਆਉਂਦਾ, 40 ਹਜ਼ਾਰ ਦਾ ਰੇਤਾ ਬਜਰੀ ਆ ਰਿਹਾ ਆ। ਸਰਕਾਰ ਨੂੰ ਕੁਝ ਸੋਚਣਾ ਚਾਹੀਦਾ, ਨਹੀਂ ਤਾਂ ਬਹੁਤ ਮੁਸ਼ਕਲ ਕਰ ਦੇਗਾ ਸਰਕਾਰ ਨੂੰ ਵੀ ਤੇ ਆਮ ਸ਼ਹਿਰੀਆਂ ਨੂੰ। ਇਸ ਬਾਰੇ ਜਦ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਗਸਤ ਮਹੀਨੇ ਵਿੱਚ ਲੋਕਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਸਰਕਾਰ ਵੱਲੋਂ ਪਾਲਿਸੀ ਬਣਾ ਲਈ ਗਈ ਹੈ ਅਤੇ ਅਗਸਤ ਮਹੀਨੇ ਵਿੱਚ ਲਾਗੂ ਕਰ ਦਿੱਤੀ ਜਾਵੇਗੀ, ਜਿਸ ਦੇ ਬਾਅਦ ਲੋਕਾਂ ਨੂੰ ਰੇਤ ਬਜਰੀ ਘੱਟ ਰੇਟਾਂ ਤੇ ਮਿਲਣੀ ਸ਼ੁਰੂ ਹੋ ਜਾਵੇਗੀ। ਮੈਂ ਮਿਲਿਆ ਸੀ ਆਨਰੇਬਲ ਮਿਨਿਸਟਰ ਨੂੰ ਵੀ, ਸੀਐਮ ਸਾਹਿਬ ਨੇ ਵੀ ਰਿਕੁਐਸਟ ਕੀਤੀ ਹੈ ਕਿ ਕਾਇੰਡਲੀ ਇਹਨੂੰ ਜਲਦੀ ਲਿਆਓ। ਕੁਛ ਸਾਨੂੰ ਪ੍ਰੋਬਲਮਸ ਆਈਆਂ ਸੀ, ਉਹ ਪ੍ਰੋਬਲਮ ਆਈਆਂ ਸੀ ਕਿ ਜਿਹੜਾ ਕੰਟਰੈਕਟਰ ਸੀ ਉਹ ਫਿਰ ਸਟੇ ਲੈ ਕੇ ਆ ਗਿਆ ਸੀ ਸੁਪਰੀਮ ਕੋਰਟ ਚੋਂ, ਮਗਰ ਸੀਐਮ ਸਾਹਿਬ ਇੰਨੇ ਪਰਟੀਕੁਲਰ ਰਹਿੰਦੇ ਕਿਉਂਕਿ ਅਸੀਂ ਸਾਡਾ ਵਾਅਦਾ ਇਹਨੂੰ ਖਤਮ ਕਰਨ ਦਾ, ਸੀਨੀਅਰ ਮੋਸਟ ਐਡਵੋਕੇਟ ਲਗਾ ਕੇ, ਸੀਨੀਅਰ ਮੋਸਟ ਜਿਹੜੇ ਕੰਟਰੀ ਦੇ ਨੇ, ਅਸੀਂ ਇਹ ਸਟੇ ਵਕੇਟ ਕਰਾਇਆ ਸੁਪਰੀਮ ਕੋਰਟ ਤੋਂ ਤਾਂ ਕਿ ਕੰਟਰੈਕਟਰ ਤੰਗ ਨਾ ਕਰ ਸਕਣ ਅਤੇ ਸੁਪਰੀਮ ਕੋਰਟ ਦੀ ਪੂਰੀ ਰੂਲਿੰਗ ਆ ਗਈ ਦੀ ਹੈ ਕਿ ਇਹਨਾਂ ਦਾ ਸੈਟਲ ਕਰੋ, ਇਹਨਾਂ ਦਾ ਬੰਦਾ ਤਾਂ ਲਓ, ਮਗਰ ਇਹ ਹੁਣ ਕਲੇਮ ਨਹੀਂ ਕਰ ਸਕਦੇ, ਖੱਡਾ ਉਹਨਾਂ ਦੀ ਕੈਂਸਲ ਹੋ ਗਈ ਹੈ। ਹੁਣ ਅਸੀਂ ਅਗਸਤ ਮਹੀਨੇ ਇਹ ਪੋਲਿਸੀ ਲਈ, ਇਹ ਪੋਲਿਸੀ ਤਾਂ ਹੁਣੇ ਆ ਜਾਣੀ ਹੈ, ਅਗਸਤ ਮਹੀਨੇ ਇਹਦੀ ਆਪਸ਼ਨਸ ਆ ਜਾਣਗੀਆਂ ਕਿਉਂਕਿ ਹੁਣ ਮੌਨਸੂਨ ਸ਼ੁਰੂ ਹੋ ਜਾਣਾ। ਮੌਨਸੂਨ 'ਚ ਤਾਂ ਵੈਸੇ ਕੋਈ ਪੋਲ ਨਹੀਂ ਸਕਦਾ, ਮੈਨੂੰ ਲੱਗਦਾ ਕਿ ਜਦੋਂ ਮੌਨਸੂਨ ਤੋਂ ਬਾਅਦ ਇਹ ਕੰਮ ਪ੍ਰੋਪਰ ਚਾਲੂ ਹੋਏਗਾ, ਐਵਰੀਥਿੰਗ ਵਿਲ ਬੀ ਐਟ ਈਜ਼, ਪ੍ਰਾਈਸਿਸ ਵਿਲ ਬੀ ਡਾਊਨ।